ਖੇਤ ਦੇ ਵਿੱਚ ਆਪਾਂ ਜਦੋਂ ਹੁਣ ਜਾਂਦੇ ਆ ਤਾਂ ਸਾਨੂੰ ਇੱਕ ਚਿੱਟੇ ਜਿਹੇ ਰੰਗ ਦਾ ਭਮੱਕੜ ਦਿਖਾਈ ਦਿੰਦਾ ਹੈ ਮਤਲਬ ਕਿ ਇੱਕ ਤਿਤਲੀ ਜੀ ਉੱਡਦੀ ਹੈ ਜਿਹੜੀ ਕਿ ਚਿੱਟੇ ਰੰਗ ਦੀ ਹੁੰਦੀ ਹੈ ਇਹਨੂੰ ਦੇਖਣ ਤੇ ਆਪਾਂ ਨੂੰ ਚਿੱਟੇ ਰੰਗ ਦਾ ਜਾਂ ਥੋੜਾ ਜਿਹਾ ਮਟਮਲੇ ਰੰਗ ਦਾ ਦਿਖਾਈ ਦਿੰਦਾ ਤੇ ਇਹਦੇ ਕਿਨਾਰਿਆਂ ਦੇ ਉੱਪਰਲੇ ਪਾਸੇ ਪੱਤਿਆਂ ਦੇ ਉੱਪਰਲੇ ਪਾਸੇ ਇਹ ਕਾਲੇ ਰੰਗ ਦੀ ਧਾਰੀ ਹੈ ਇਹ ਸਾਫ਼ ਤੇ ਸਪਸ਼ਟ ਹੈ ਕਿ ਜੇ ਇਹ ਪਤਾਲਪੇੜ ਦਾ ਭਮਕੜ ਹੈ ਮਤਲਬ ਕਿ ਜਿਹੜੀ ਪਤਾਲਪੇੜ ਸੁੰਢੀ ਜਿਹਨੂੰ ਤੁਸੀਂ ਕਹਿੰਦੇ ਹੋ ਉਹਦਾ ਮਾਂ ਪਿਓ ਹੈ ਇਹ ਇਸ ਪਤਾਲਪੇੜ ਦਾ ਮਾਂ ਪਿਓ ਹੈ ਇਹ ਤਾਂ ਇਹ ਕਲੀਅਰ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਤਾਲਪੇੜ ਦਾ ਹਮਲਾ ਹੋਏਗਾ ਪ੍ਰੰਤੂ ਹੋਊਗਾ ਕਦੋਂ ਸਭ ਤੋਂ ਵੱਧ ਜਾਣਨਾ ਇਹ ਜ਼ਰੂਰੀ ਹੈ ਕਿ ਹੋਊਗਾ ਕਦੋਂ ਤਾਂ ਇਹ ਨੁਕਸਾਨ ਕਿੰਨਾ ਕਰੇਗਾ ਤਾਂ ਇਹਦੇ ਲਈ ਇਹ ਤਿੰਨ ਚੀਜ਼ਾਂ ਦੀ ਮਦਦ ਲਵਾਂਗਾ ਇੱਕ ਸਾਡੇ ਕਿਸਾਨਾਂ ਦਾ ਤਜਰਬਾ ਦੂਜਾ ਅੰਤਰਰਾਸ਼ਟਰੀ ਝੋਨਾ ਖੋਜ ਕੇਂਦਰ ਤੀਜਾ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਦਾ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਅੰਤਰਰਾਸ਼ਟਰੀ ਝੋਨਾ ਖੋਜ ਕੇਂਦਰ ਦਾ ਕੀ ਕਹਿਣਾ ਉਹ ਆਪਾਂ ਦੇਖ ਲਈਏ ਇਹਨਾਂ ਨੇ ਸਾਫ਼ ਤੇ ਸਪਸ਼ਟ ਕਿਹਾ ਕਿ ਜਦੋਂ ਝੋਨਾ ਆਪਣਾ ਬੂਟਾ ਮਾਰ ਰਿਹਾ ਹੁੰਦਾ ਹੈ ਜਾਂ ਉੱਪਰ ਨੂੰ ਵੱਧ ਰਿਹਾ ਹੁੰਦਾ ਉਸ ਟਾਈਮ ਤੇ ਇਹਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਤੇ ਇਹ ਜਿਹੜਾ ਹੈਗਾ ਬੂਟਾ ਦੁਬਾਰਾ ਤੋਂ ਆਪਣੇ ਆਪ ਨੂੰ ਰਿਕਵਰ ਕਰ ਲੈਂਦਾ ਪਰੰਤੂ ਜਦੋਂ ਝੋਨਾ ਰੀਪ੍ਰੋਡਕਟਿਵ ਫੇਸ ਦੇ ਵਿੱਚ ਹੁੰਦਾ ਮਤਲਬ ਕਿ ਜਦੋਂ ਝੋਨੇ ਦਾ ਝੰਡਾ ਪੱਤਾ ਨਿਕਲ ਆਉਂਦਾ ਉਸ ਟਾਈਮ ਜੇ ਝੰਡੇ ਪੱਤੇ ਦਾ 50% ਤੋਂ ਜ਼ਿਆਦਾ ਹਿੱਸਾ ਤੇ ਉਸ ਤੋਂ ਹੀਟਲੇ ਦੋ ਪੱਤੇ ਦਾ ਨੁਕਸਾਨ ਇਹ ਕਰੇ ਤਾਂ ਸਾਨੂੰ ਸੋਚਣਾ ਪੈਂਦਾ ਕਿ ਇਹਦਾ ਕੰਟਰੋਲ ਕਰੀਏ ਇਸ ਤੋਂ ਅੱਗੇ ਇੱਕ ਹੋਰ ਬਹੁਤ ਜ਼ਰੂਰੀ ਗੱਲ ਹੈ ਜਿਹੜੀ ਇਹਨਾਂ ਨੇ ਲਿਖੀ ਹੋਈ ਹੈ ਉਹ ਇਹ ਗੱਲ ਹੈਗੀ ਹੈ ਕਿ ਜਦੋਂ ਵੀ ਅਸੀਂ ਇਹਦਾ ਕੰਟਰੋਲ ਕਰਦੇ ਹਾਂ ਤੇ ਜੇ ਤਾਂ ਸੀ ਇਹਨੂੰ ਹੁਣ ਕੰਟਰੋਲ ਕਰਦੇ ਹਾਂ ਜਿਸ ਸਮੇਂ ਇਹ ਸ਼ੁਰੂਆਤ ਦੇ ਵਿੱਚ अर्ਲੀ ਸੀਜ਼ਨ ਦੇ ਵਿੱਚ ਜੋ ਹੁਣ ਟਾਈਮ ਹੈ ਤਾਂ ਇਹ ਦੇਖ ਲਓ ਕਿ ਵੀਡੀਓ ਰਿਕਾਰਡ ਹੋ ਰਹੀ ਹੈ 4 ਅਗਸਤ 2020 ਨੂੰ ਤਾਂ ਇਸ ਟਾਈਮ ਤੇ ਇਹਦਾ ਕੰਟਰੋਲ ਕਰਦੇ ਆ ਤਾਂ ਸਾਨੂੰ ਕੋਈ ਵੀ ਆਰਥਿਕ ਲਾਭ ਨਹੀਂ ਹੁੰਦਾ ਇਹ ਸਾਫ਼ ਤੇ ਸਪਸ਼ਟ ਇਹਨਾਂ ਨੇ ਲਿਖਿਆ ਤੇ ਸਾਡੇ ਤਜਰਬੇ ਪਿਛਲੇ ਸਾਲਾਂ ਦੇ ਉਹ ਵੀ ਇਹੀ ਕਹਿੰਦੇ ਆ ਪਰੰਤੂ ਨਾਲ ਇਹਨਾਂ ਨੇ ਇਹ ਵੀ ਕਿਹਾ ਕਿ ਜੇ ਤੁਸੀਂ ਇਸ ਸੁੰਡੀ ਦਾ ਕੰਟਰੋਲ ਕਰਨ ਵਾਸਤੇ ਜ਼ਹਿਰ ਵਰਤਦੇ ਆ ਤਾਂ ਇਹ ਕੀ ਕਰਦੇ ਆ ਕਿ ਜਿਹੜੇ ਤੁਹਾਡੇ ਖੇਤ ਦੇ ਵਿੱਚ ਮਿੱਤਰ ਕੀੜੇ ਐ ਉਹਨਾਂ ਕੀੜਿਆਂ ਦਾ ਨੁਕਸਾਨ ਕਰਦੇ ਆ ਤੇ ਨਾਲ ਹੀ ਜਿਹੜੇ ਸਪਰੇਅ ਤੁਸੀਂ ਇਹਨੂੰ ਮਾਰਨ ਵਾਸਤੇ ਵਰਤ ਰਹੇ ਹੋ ਉਹਨਾਂ ਸਪਰੇਅਾਂ ਦੇ ਨਾਲ ਹੋਰ ਕਈ ਤਰੀਕੇ ਦੇ ਕੀੜਿਆਂ ਕੀੜੇ ਪੈਦਾ ਹੁੰਦੇ ਆ ਜਿਵੇਂ ਕਿ ਖੇਤ ਦੇ ਵਿੱਚ ਪਲਾਂਟ ਉੱਪਰ ਜਿਹਨੂੰ ਤੁਸੀਂ ਕਹਿੰਦੇ ਹੋ ਰਸ ਚੂਸੇ ਕੀੜੇ ਉਹਨਾਂ ਦਾ ਹਮਲਾ ਵੱਧਦਾ ਜਿਹੜੀਆਂ ਤੁਸੀਂ ਦਵਾਈਆਂ ਇਹਦੇ ਕੰਟਰੋਲ ਵਾਸਤੇ ਆਮ ਤੌਰ ਤੇ ਕਿਸਾਨ ਉਹ ਵਰਤਦੇ ਆ ਗੱਲ ਕਲੀਅਰ ਹੋ ਗਈ ਇਸ ਤੋਂ ਬਿਨਾ ਹੁਣ ਤੁਸੀਂ ਇਹ ਦੇਖੋ ਕਿ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਦਾ ਕੀ ਕਹਿਣਾ ਹੈ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਦਾ ਕਹਿਣਾ ਹੈ ਕਿ ਜੇਕਰ 50% ਤੋਂ ਉੱਪਰ 50% ਤੋਂ ਉੱਪਰ ਇਸ ਕੀੜੇ ਦਾ ਹਮਲਾ ਹੈਗਾ ਤਾਂ ਹੀ ਇਹਨੂੰ ਕੰਟਰੋਲ ਕਰਨ ਦਾ ਲਾਭ ਹੈ ਉਸ ਤੋਂ ਪਹਿਲਾਂ ਨਹੀਂ ਮਲਕਿ ਇੱਕ ਬੂਟੇ ਦੇ 50% ਬੂਟੇ ਪੱਤੇ ਖਾਦੇ ਜਾਣ ਤਾਂ ਪ੍ਰੰਤੂ ਇੰਨਾ ਅਟੈਕ ਕਦੇ ਵੀ ਨਹੀਂ ਹੁੰਦਾ ਥੋੜਾ ਜਿਹਾ ਇਹਦੀ ਜ਼ਿੰਦਗੀ ਬਾਰੇ ਜਾਣ ਲੈਣੇ ਕਿ ਇਹ ਕਿਸ ਤਰੀਕੇ ਦਾ ਹੁੰਦਾ ਤੇ ਕੀ ਇਹ ਕਿਸ ਤਰੀਕੇ ਦੇ ਨਾਲ ਇਹ ਅੱਗੇ ਵੱਧਦਾ ਹੈ ਦੋਸਤੋ ਇਹ ਇੱਕ ਪਮਕੜ ਹੁੰਦਾ ਹੈ ਜਿਹਦੀ ਉਮਰ ਲਗਭਗ 7 ਤੋਂ 10 ਦਿਨ 5 ਤੋਂ 10 ਦਿਨ ਮੱਕੇ ਸੀਜ਼ਨ ਦੇ ਹਿਸਾਬ ਦੇ ਨਾਲ ਹੁੰਦੀ ਹੈ ਇਹ ਪਮਕੜ ਰਾਤ ਦੇ ਟਾਈਮ ਤੇ ਉੱਡਦਾ ਹੈ ਉੱਡਣ ਤੋਂ ਬਾਅਦ ਦੇ ਵਿੱਚ ਇਹ ਆਂਡੇ ਦਿੰਦਾ ਹੈ ਪੱਤੇ ਦੇ ਹੇਠਲੇ ਪਾਸੇ ਆਂਡੇ ਦਿੱਤੇ ਜਾਂਦੇ ਹੈ ਇਹ ਇਹ ਆਂਡੇ ਹੈ ਥੋੜੇ-ਥੋੜੇ ਅੰਡੇਆਂ ਦਾ ਗਰੁੱਪ ਇਸ ਤਰੀਕੇ ਦਾ ਬਣਾ ਕੇ ਅੰਡੇ ਦਿੱਤੇ ਜਾਂਦੇ ਆ ਇਹਦੇ ਵੱਲੋਂ ਅੰਡੇ ਦੇਣ ਤੋਂ ਬਾਅਦ ਚ ਅੰਡਿਆਂ ਦੇ ਵਿੱਚੋਂ 5 ਦਿਨ ਬਾਅਦ ਜਦੋਂ 5 ਦਿਨ ਅੰਡਿਆਂ ਨੂੰ ਦਿੱਤਿਆਂ ਨੂੰ ਹੋ ਗਏ ਤਾਂ ਇਹ ਸੁੰਡੀ ਨਿਕਲਦੀ ਹੈ ਇਹ ਸੁੰਡੀ ਦੀ ਉਮਰ ਮੌਸਮ ਦੇ ਹਿਸਾਬ ਦੇ ਨਾਲ 25 ਦਿਨ ਤੱਕ ਹੋ ਸਕਦੀ ਹੈ ਇਹ ਕਰਦੀ ਕੀ ਹੈ ਇਹ ਪੱਤੇ ਦਾ ਨੁਕਸਾਨ ਨਹੀਂ ਕਰਦੀ ਇਹ ਤਣੇ ਦੇ ਵਿੱਚ ਨਹੀਂ ਵੱਢਦੀ ਇਹਨੇ ਕੇਵਲ ਇੱਥੇ ਜਿਹੜਾ ਹੈਗਾ ਆ ਜਿਹੜਾ ਹਰਾ ਭਾਗ ਹੈ ਇਹਨੂੰ ਖੁਰਚ ਖੁਰਚ ਕੇ ਖਾਣਾ ਹੈ ਖੁਰਚ ਖੁਰਚ ਕੇ ਖਾਏਗੀ ਤੇ ਪੱਤੇ ਨੂੰ ਇਹ ਕੇ ਫੋਲਡ ਤਾਂ ਕਰਦੀ ਐ ਮੋੜਦੀ ਤਾਂ ਕਿਉਂਕਿ ਇਹਦੇ ਪੈਰ ਨਹੀਂ ਹੁੰਦੇ ਤੇ ਮੜਾ ਜੀ ਤੇਜ਼ ਹਵਾ ਚੱਲੇ بارش ਆ ਜੇ ਖੇਤ ਦੇ ਉਤਲੇ ਪਾਸੇ ਤੁਸੀਂ ਇੱਕ ਪਾਸੇੋਂ ਖਿੱਚ ਕੇ ਦੂਜੇ ਪਾਸੇ ਨੂੰ ਮੁੰਜ ਦੀ ਰੱਸੀ ਲੈ ਜਾਓ ਤੇ ਵਾਪਸ ਉਸੇ ਪੈਰ ਵਾਪਸ ਲੈ ਆਉ ਤੇ ਡੱਗ ਪੈਂਦੀ ਐ ਖੇਤ ਚ ਪਾਣੀ ਭਰਿਆ ਹੋਣਾ ਚਾਹੀਦਾ ਤਾਂ ਇਹ ਮਰ ਜਾਂਦੀ ਐ ਤਾ ਬੁੱਟਾ ਐ ਸਟੇਜ ਤੇ ਜਲਦੀ ਇਹ ਜਿਹੜੇ ਭਾਗ ਇਹਨੇ ਹਰਾ ਖਾਦਾ ਉਹਨੂੰ ਰਿਕਵਰ ਕਰ ਲੈਂਦਾ ਪਰੰਤੂ ਜੇ ਤੁਹਾਨੂੰ ਡਰਨਾਂ ਲੱਗੇ ਤਾਂ ਖੇਤ ਦੇਖਣ ਨੂੰ ਭੈੜਾ ਜ਼ਰੂਰ ਲੱਗਦਾ ਹੈ ਇਸ ਤੋਂ ਅੱਗੇ ਜਦੋਂ ਇਹ ਆਪਣੇ 25 ਦਿਨ ਦੇ ਵਿੱਚ ਖਾ ਪੀ ਕੇ ਆਪਣਾ ਪੂਰਾ ਇਹੜਾ ਮੋਟੀ ਹੋ ਜਾਂਦੀ ਹੈ ਮੋਟੀ ਹੋਣ ਤੋਂ ਬਾਅਦ ਦੇ ਵਿੱਚ ਆਪਦੇ ਚਾਰੇ ਪਾਸੇ ਇਹ ਰੇਸ਼ਮ ਵਲਣਾ ਸ਼ੁਰੂ ਕਰਦੀ ਹੈ ਕੀ ਵਲਦੀ ਹੈ ਰੇਸ਼ਮ ਤਾਂ ਇਹ ਇਸ ਤਰੀਕੇ ਦੀ ਲਾਲ ਰੰਗ ਦੀ ਹੋ ਜਾਂਦੀ ਹੈ ਜੀਨੂੰ ਅਸੀਂ ਪਿਉਪਾ ਕਹਿੰਦੇ ਆ। ਪਿਉਪਾ ਮੌਸਮ ਦੇ ਹਿਸਾਬ ਨਾਲ 7 ਕ ਦਿਨ ਦੀ ਉਮਰ ਹੁੰਦੀ ਹੈ ਦੀ। 7 ਦਿਨ ਤੱਕ ਇਹ ਬਿਨਾ ਖਾਦੇ ਪੀਤੇ ਹਿੱਲੇ ਡੁੱਲੇ ਇਸ ਤਰ੍ਹਾਂ ਬੈਠੀ ਰਹਿੰਦੀ ਹੈ ਤੇ ਬਾਅਦ ਦੇ ਵਿੱਚ ਐਸ ਪਾਸੇ ਇੱਕ ਤਜਾਬ ਛੱਡਦੀ ਆ ਦੇ ਮੂੰਹ ਚੋਂ ਤੇ ਤਜਾਬ ਛੱਡ ਕੇ ਤੇ ਇਹਦੇ ਵਿੱਚੋਂ ਆਹ ਪਮਕੜ ਨਿਕਲ ਆਉਂਦਾ। ਇਹ ਪਮਕੜ ਖੁਦ ਕੋਈ ਨੁਕਸਾਨ ਨਹੀਂ ਕਰਦਾ। ਕਿਉਂਕਿ ਕੁਝ ਨਹੀਂ ਖਾਂਦਾ। ਜੇ ਮਾੜਾ ਮੋਟਾ ਕੁਝ ਖਾਂਦਾ ਤਾਂ ਉਹ ਨੋਮੀਨਲ ਹੁੰਦਾ। ਇਹਦਾ ਕਿਸੇ ਕਿਸਮ ਦਾ ਡਾਇਰੈਕਟਲੀ ਨੁਕਸਾਨ ਨਹੀਂ ਹੁੰਦਾ। ਇਹ ਅੱਗੇ ਆਂਡੇ ਦਿੰਦਾ ਹੈ ਕਲੀਅਰ ਹੋ ਗਿਆ ਹੁਣ ਗੱਲ ਇਹ ਹੈਗੀ ਹੈ ਕਿ ਲਗਭਗ ਸਾਰੇ ਹੀ ਰਿਸਰਚ ਇੰਸਟੀਚਿਊਟ ਇਹ ਕਹਿੰਦੇ ਆ ਕਿ ਇਹਨੂੰ ਆਪਾਂ ਕੰਟਰੋਲ ਕਰਨ ਦਾ ਕੋਈ ਲਾਭ ਨਹੀਂ ਇਸ ਟਾਈਮ ਤੇ ਜੇਕਰ ਤੁਹਾਨੂੰ ਇੱਕ ਚੀਜ਼ ਸਮਝ ਆ ਗਈ ਕਿ ਇਹ ਕਿੰਨੇ ਦਿਨ ਦੇ ਵਿੱਚ ਕਿੰਨੀ ਉਮਰ ਹੈ ਕਦੋਂ ਇਹ ਹਮਲਾ ਕਰਦਾ ਤਾਂ ਐਸਾ ਹੁਣ ਤੁਸੀਂ ਕੈਲਕੂਲੇਟ ਕਰ ਸਕਦੇ ਹੋ ਇਹ ਇਹ ਗਣਨਾ ਕਰ ਸਕਦੇ ਹੋ ਕਿ ਸੁੰਡੀ ਕਦੋਂ ਆਊਗੀ ਹੁਣ ਮੰਨ ਲਓ ਕਿ 2 ਅਗਸਤ ਦੇ ਨੇੜੇ ਤੁਹਾਨੂੰ ਖੇਤ ਦੇ ਵਿੱਚ ਭਮੱਕੜ ਦੇਖਣੇ ਸ਼ੁਰੂ ਹੋਏ ਜੇਰਾ 2 ਅਗਸਤ ਦੇ ਨੇੜੇ ਭਮਗੜ ਸ਼ੁਰੂ ਹੋਏ ਆ ਤੇ ਇਹਦਾ ਮਤਲਬ ਕਿ 5 ਅਗਸਤ ਦੇ ਲਗਭਗ ਉਹ ਭਮਕੜ ਆਂਡੇ ਦੇਣਗੇ ਜੇ 5 ਅਗਸਤ ਦੇ ਨੇੜੇ ਭਮਕੜ ਆਂਡੇ ਦਿੰਦੇ ਆ ਤਾਂ ਤੁਸੀਂ ਇਹ ਸਮਝੋਗੇ 10 ਤੋਂ ਲੈ ਕੇ 12-13 ਅਗਸਤ ਦੇ ਨੇੜੇ ਇਹ ਸੁੰਡੀ ਨਿਕਲੇਗੀ ਇਹ ਸੁੰਡੀ ਨਿਕਲ ਕੇ ਤੇ ਆਪਣਾ ਕੰਮ ਕਰਨਾ ਸ਼ੁਰੂ ਕਰੇਗੀ ਜਿਹੜੀ ਅੱਜ ਦੀ ਹਾਲਾਤ ਹੈ ਮੈਂ ਇਹ ਗੱਲ ਕਰ ਰਿਹਾ ਕਿ ਜਿਹੜੇ ਹਾਲਾਤ 10 ਅਗਸਤ 2020 ਦੇ ਨੇੜੇ ਬੰਨੇ ਆ ਉਹ ਹਾਲਾਤ ਇਹ ਹੈਗੇ ਆ ਕਿ ਉਸ ਟਾਈਮ ਤੇ ਜ਼ਿਆਦਾਤਰ ਏਸ਼ੇ ਦੇ ਵਿੱਚ ਵਰਖਾ ਹੋਣ ਦੀ ਸੰਭਾਵਨਾ ਹੈ ਜਾਂ ਤੇਜ਼ ਹਵਾ ਚੱਲੇਗੀ ਤਾਂ ਉਹਦੇ ਨਾਲ ਇਹ ਸੁੰਡੀ ਦਾ ਖਾਤਮਾ ਆਪਣੇ ਆਪ ਹੋਣ ਦੀ ਸੰਭਾਵਨਾ ਹੈ ਜੇ ਵਰਖਾ ਨਹੀਂ ਹੁੰਦੀ ਤਾਂ ਵੀ ਇਹਦਾ ਡਾਇਰੈਕਟਲੀ ਕੋਈ ਨੁਕਸਾਨ ਨਹੀਂ ਹੈਗਾ ਜੇ ਤੁਹਾਨੂੰ ਨੁਕਸਾਨ ਲੱਗਦਾ ਖੇਤ 'ਚ ਪਾਣੀ ਭਰ ਕੇ ਮੁੰਜ ਦੀ ਰੱਸੀ ਲਾਓ ਪਹਿਲਾਂ ਇੱਕ ਪਾਸੋਂ ਇੱਕ ਪਾਸੇ ਨੂੰ ਖਿੱਚ ਕੇ ਲੈ ਜਾਓ ਫਿਰ ਦੂਜੇ ਪਾਸੇ ਨੂੰ ਖਿੱਚ ਕੇ ਲੈ ਜਾਓ ਖੇਤ ਚ ਪਾਣੀ ਭਰਿਆ ਹੋਵੇ ਸੁੰਡੀ ਥੱਲੇ ਡਿੱਗੂਗੀ ਮਿੱਤਰ ਕਿڑے ਮਾਰਨਗੇ ਤੇ ਖਤਮ ਹੋ ਜੂਗੀ ਕਲੀਅਰ ਹੈ ਉਸ ਦੇ ਬਾਵਜੂਦ ਵੀ ਜੇ ਇਹ ਨਹੀਂ ਮਰਦੀ ਫੇਰ ਫੇਰ ਕੇਵਲ ਤੇ ਕੇਵਲ ਖੇਤ ਪੈੜਾ ਲੱਗੇਗਾ ਖੇਤ ਚਿੱਟਾ ਚਿੱਟਾ ਲੱਗੇਗਾ ਜਿਹੜਾ ਕਿ ਅਗਲੇ 1 ਹਫਤੇ ਦੇ ਵਿੱਚ ਦੁਬਾਰਾ ਤੋਂ ਹਰਾ ਹੋ ਜੂਗਾ ਇਹ ਸਾਡਾ ਪੁਰਾਣਾ ਤਜਰਬਾ ਕਹਿੰਦਾ ਇਹ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਕਹਿੰਦੀ ਹੈ ਇਹ ਅੰਤਰਰਾਸ਼ਟਰੀ ਝੋਨਾ ਖੋਜ ਕੇਂਦਰ ਕਹਿੰਦਾ ਇਨਾਂ ਤੋਂ ਉੱਪਰ ਤਾਂ ਕੋਈ ਹੈ ਨਹੀਂਗਾ ਤੇ ਜੇਕਰ ਇਸ ਤਰੀਕੇ ਦੇ ਨਾਲ ਤੁਸੀਂ ਨਹੀਂ ਮੰਨਦੇ ਤੁਹਾਨੂੰ ਇਹ ਹੈਗਾ ਕਿ ਨਹੀਂ ਮੈਂ ਤਾਂ ਸਪਰੇਅ ਕਰਨੀ ਕਰਨੀ ਹੈ ਜਿਹੜਾ ਇਹ ਸੁੰਡੀ ਆਵੇ ਚਾਹੇ ਨਾ ਵੀ ਭਾਵੇਂ ਤੇਲਾ ਹੀ ਆ ਜਾਏ ਬਾਜਚਾ ਇਸ ਤਾ ਕੰਟਰੋਲ ਕਰਨੀ ਕਰਨੀ ਹੈ ਫੇਰ ਭਰਾਵੋ ਮੈਂ ਕੁਝ ਦਵਾਈਆਂਾਂ ਦੀ ਗੱਲ ਕਰਦਾ ਜਿਵੇਂ ਕਿ ਆਪਣੇ ਫੇਮ ਵਾਲਾ ਸਾਲਟ ਆਉਂਦਾ ਫੇਮ ਵਾਲਾ ਸਾਲਟ ਤੁਹਾਡੇ ਕੋਲੇ ਟਕੂਮੀ ਵਾਲਾ ਸਾਲਟ ਆਉਂਦਾ ਤੁਹਾਡੇ ਕੋਲ ਕੋਰਾ ਜਿਨ ਵਾਲਾ ਸਾਲਟ ਹੈਗਾ ਤੁਹਾਡੇ ਕੋਲੇ ਇਹ ਜਿਹੜਾ ਹੈਗਾ ਇਹ ਪ੍ਰੋ ਕਲੇਮ ਵਾਲਾ ਸਾਲਟ ਹੈ ਤਾਂ ਇਹਨਾਂ ਦੇ ਵਿੱਚੋਂ ਇਹ ਕਈ ਤਰੀਕੇ ਦੀਆਂ ਦਵਾਈਆਂ ਅੱਡ-ਅੱਡ ਕੰਪਨੀਆਂ ਦੀਆਂ ਮਿਲਦੀਆਂ ਮੈਂ ਕਿਸੇ ਕੰਪਨੀ ਦਾ ਨਾਮ ਨਹੀਂ ਲੈ ਰਿਹਾ ਬਹੁਤ ਸਾਰੀਆਂ ਕੰਪਨੀਆਂ ਇਹਨਾਰੇ ਸਾਲਟ ਇਹ ਬਣਾਉਂਦੀਆਂ ਤੁਸੀਂ ਕੁਝ ਵੀ ਕਰ ਸਕਦੇ ਹੋ ਸੁਪਰੀ ਪਰੰਤੂ ਜੋ ਮੇਰਾ ਨਿੱਜੀ ਤਜਰਬਾ ਹੈ ਜੋ ਰਿਸਰਚ ਪੇਪਰ ਦੱਸਦੇ ਆ ਉਹ ਇਹੀ ਦੱਸਦੇ ਆ ਕਿ ਇਸ ਟਾਈਮ ਤੇ ਇਹਦਾ ਕੰਟਰੋਲ ਕਰਨ ਦੇ ਨਾਲ ਨੁਕਸਾਨ ਜ਼ਿਆਦਾ ਹੁੰਦਾ ਹੈ ਫਾਇਦਾ ਘੱਟ ਹੁੰਦਾ ਹੈ ਸਾਫ਼ ਤੇ ਸਪਸ਼ਟ ਹੈ ਕਿ ਇਹਦੇ ਨਾਲ ਕੋਈ ਜਿਹੜਾ ਹੈਗਾ ਆਰਥਿਕ ਲਾਭ ਨਹੀਂ ਹੁੰਦਾ ਇਹਨੂੰ ਇਸ ਟਾਈਮ ਤੇ ਕੰਟਰੋਲ ਕਰਨ ਤੇ ਆਰਥਿਕ ਲਾਭ ਨਹੀਂ ਹੁੰਦਾ ਕੇਵਲ ਤੇ ਕੇਵਲ ਤੁਹਾਡੀਆਂ ਅੱਖਾਂ ਦੀ ਤਸੱਲੀ ਹੈ ਕਿ ਵੀ ਹਾਂ ਯਾਰ ਖੇ ਚਿੱਟਾ-ਚਿੱਟਾ ਨਹੀਂ ਦਿਖਿਆ ਜਿਹੜੇ ਜਿਨੇ ਕੰਟਰੋਲ ਨਹੀਂ ਕੀਤਾ ਉਹਦੇ ਚਿੱਟੀਆਂ ਲਸਰਾਂ ਪੈ ਜਾਣੀਆਂ ਤਾਂ ਆਹ ਧਿਆਨ ਰੱਖਿਓ ਕਿ ਇਹ ਗੋਪ ਦੇ ਵਿੱਚ ਕਦੇ ਨਹੀਂ ਵੱਢਦੀ ਇਹ ਗੋਪ ਦੇ ਵਿੱਚ ਕਦੇ ਨਹੀਂ ਵੱਢਦੀ ਇਹ ਨੇ ਕੇਵਲ ਉੱਪਰ ਰਹਿਣਾ ਤਾਂ ਇਹਨੂੰ ਮਾਰਨ ਦੇ ਨਾਲ ਸਾਫ਼ ਤੇ ਸਪਸ਼ਟ ਇਹਨਾਂ ਨੇ ਦੱਸਿਆ ਕਿ ਜੇਕਰ ਤੁਸੀਂ ਇਹਦੇ ਆਸਤੇ ਆਮ ਜ਼ਹਿਰ ਵਰਤਦੇ ਹੋ ਤਾਂ ਉਹਨਾਂ ਦੇ ਨਾਲ ਅੱਗੇ ਰਸ ਜੂਸੇ ਕੀੜਿਆਂ ਦਾ ਹਮਲਾ ਸ਼ੁਰੂ ਹੁੰਦਾ ਹੈ ਕਿਉਂਕਿ ਤੁਸੀਂ ਸਪਰੇਅ ਕਰੋਗੇ ਤੇ ਉਸ ਸਮੇਂ ਹੋਊਗਾ ਕਿ ਇਹਦੇ ਵਿੱਚ ਆ ਵੀ ਪਾਲਾ ਤੇ ਜਦੋਂ ਆ ਵੀ ਪਾਲਾ ਵਾਲੀ ਗੱਲ ਚੱਲੂਗੀ ਤਾਂ ਉਸ ਸਮੇਂ ਤੁਹਾਡੇ ਜਿਹੜੇ ਮਿੱਤਰ ਕੀੜੇ ਆ ਉਹਨਾਂ ਦਾ ਖਾਤਮਾ ਹੋਊਗਾ ਇਸ ਕਰਕੇ ਦੋਸਤੋ ਮੇਰੀ ਤਾਂ ਇਹ ਹੀ ਰਿਕਵੈਸਟ ਹੈ ਕਿ ਜੇਕਰ ਅਸੀਂ ਇਹਨਾਂ ਦੇ ਰਿਸਰਚ ਪੇਪਰ ਦਾ ਹਵਾਲਾ ਲਈਏ ਸਾਡੇ ਪ੍ਰਾਣੇ ਕਿਸਾਨਾਂ ਦੇ ਤਜਰਬਿਆਂ ਦੀ ਗੱਲ ਕਰੀਏ ਤਾਂ ਇਹਨਾਂ ਦਾ ਇਸ ਟਾਈਮ ਤੇ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੈਗਾ ਬਾਕੀ ਤੁਹਾਡਾ ਖੇਤ ਤੁਸੀਂ ਆਪਣੀ ਮਰਜ਼ੀ ਕਰਨੀ ਹੈ ਜੇ ਖੇਤੀਬਾੜੀ ਮਾਰਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਮੈਂ ਤੁਹਾਨੂੰ ਜੋ ਵੀ ਆਪਣੇ ਪੁਰਾਣੇ ਤਜਰਬੇ ਆ ਉਹ ਦੱਸ ਦਿੱਤੇ ਆ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ